ਸਾਨੂੰ ਕਿਹਾ ਗਿਆ ਕਿ ਤੁਹਾਡੇ ਤੇ ਰੋਸ ਪਰਚਾ ਹੋਊਗਾ, ਨਹੀਂ ਉਹਨਾਂ ਦਾ ਜੇਲ੍ਹ ਦੇ ਅੰਦਰ ਬੈਠ ਕੇ ਇਨਸਾਫ ਦੋ, ਸਾਨੂੰ ਇਨਸਾਫ ਦਵਾਇਆ ਜਾਵੇ, ਸਾਨੂੰ ਇਨਸਾਫ ਕਹਿੰਦਾ ਮਰੀਜ਼ ਦੇ ਪਰਿਵਾਰ ਵਾਲਿਆਂ ਦੇ ਵੱਲੋਂ ਹਸਪੀਟਲ ਦੇ ਵਿੱਚ ਜ਼ਬਰਦਸਤ ਹੰਗਾਮਾ ਕੀਤਾ ਗਿਆ। ਮਰੀਜ਼ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਉਹਨਾਂ ਦੇ ਪਰਿਵਾਰਿਕ ਮੈਂਬਰ ਦੀ ਮੌਤ ਹੋ ਗਈ ਹੈ। ਦੱਸਦੀ ਇੱਕ ਖਬਰ ਸੰਗਰੂਰ ਤੋਂ ਸਾਹਮਣੇ ਆਈ ਹੈ, ਜਿੱਥੋਂ ਦੇ ਸਰਕਾਰੀ ਹਸਪੀਟਲ ਦੇ ਵਿੱਚ ਜ਼ਬਰਦਸਤ ਹੰਗਾਮਾ ਕੀਤਾ ਗਿਆ ਹੈ ਅਤੇ ਪਰਿਵਾਰ ਨੇ ਡਾਕਟਰਾਂ ਤੇ ਅਣਗਹਿਲੀ ਦੇ ਇਲਜ਼ਾਮ ਲਾਏ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰਿਕ ਮੈਂਬਰ ਦੀ ਮੌਤ ਡਾਕਟਰਾਂ ਦੀ ਅਣਗਹਿਲੀ ਕਰਕੇ ਹੋਈ ਹੈ। ਦੱਸਦੀ ਹੈ ਕਿ ਦੋ ਧਿਰਾਂ ਦੀ ਲੜਾਈ ਹੋਈ ਸੀ, ਜਿਸ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਸੀ ਤੇ 2 ਦਿਨ ਤੋਂ ਜ਼ੇਰੇ ਇਲਾਜ ਸੀ। ਜਦੋਂ ਉਸ ਦਾ ਆਪਰੇਸ਼ਨ ਕੀਤਾ ਗਿਆ ਤਾਂ ਉਸ ਦੀ ਇਸ ਦੌਰਾਨ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ ਤੇ ਪੁਲਿਸ ਮੌਕੇ ਤੇ ਪਹੁੰਚੀ, ਜਿਨ੍ਹਾਂ ਨੇ ਮਾਹੌਲ ਨੂੰ ਸ਼ਾਂਤ ਕਰਵਾਇਆ। ਦੱਸਦੀ ਹੈ ਕਿ ਸੰਗਰੂਰ ਦਾ ਇਹ ਸਰਕਾਰੀ ਹਸਪੀਟਲ ਹੈ ਜਿੱਥੇ ਇੱਕ ਪਰਿਵਾਰ ਦੇ ਵੱਲੋਂ ਇਹ ਜ਼ਬਰਦਸਤ ਹੰਗਾਮਾ ਕੀਤਾ ਗਿਆ। ਪਰਿਵਾਰ ਦਾ ਇਲਜ਼ਾਮ ਇਹ ਹੈ ਕਿ ਉਹਨਾਂ ਦਾ ਪਿਤਾ 58 ਸਾਲ ਜਿਸ ਦੀ ਉਮਰ ਸੀ ਤੇ ਨਾਮ ਜਗਦੱਤ, ਉਸ ਨੂੰ 2 ਦਿਨ ਪਹਿਲਾਂ ਹੀ ਸੰਗਰੂਰ ਦੇ ਸਰਕਾਰੀ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। 2 ਧਿਰਾਂ ਦੀ ਲੜਾਈ ਹੋਈ ਸੀ, ਜਿਸ ਦੇ ਵਿੱਚ ਉਹ ਜ਼ਖਮੀ ਹੋ ਗਿਆ ਸੀ ਅਤੇ ਹੁਣ ਜਦੋਂ ਉਸ ਦਾ ਆਪਰੇਸ਼ਨ ਕੀਤਾ ਗਿਆ ਤਾਂ ਇਸ ਦੌਰਾਨ ਜਗਦੱਤ ਦੀ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਅਣਗਹਿਲੀ ਵਰਤੀ ਹੈ, ਜਿਸ ਕਾਰਨ ਉਹਨਾਂ ਦੇ ਪਿਤਾ ਦੀ ਮੌਤ ਹੋਈ ਹੈ। ਉਧਰ ਮਾਮਲੇ ਨੂੰ ਸ਼ਾਂਤ ਕਰਵਾਉਣ ਲਈ ਸੰਗਰੂਰ ਦੇ DSP ਸੰਜੀਵ ਸਿੰਗਲਾ ਮੌਕੇ ਤੇ ਪਹੁੰਚੇ, ਜਿਨ੍ਹਾਂ ਨੇ ਪਰਿਵਾਰਿਕ ਮੈਂਬਰਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਇਸ ਦੌਰਾਨ ਜਦੋਂ ਸਰਕਾਰੀ ਹਸਪੀਟਲ ਦੇ ਡਾਕਟਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸੇ ਨੇ ਵੀ ਕੈਮਰੇ ਅੱਗੇ ਬੋਲਣ ਤੋਂ ਇਨਕਾਰ ਕਰ ਦਿੱਤਾ। ਹੁਣ ਅਸੀਂ ਇਹਨਾਂ ਨੇ ਮੇਰੇ ਡੈਡੀ ਦੇ ਆਪਰੇਸ਼ਨ ਦਾ ਟਾਈਮ ਆ ਗਿਆ ਸੀਗਾ, ਇਹ ਕਹਿੰਦੇ ਵੀ ਆਪਰੇਸ਼ਨ ਦਾ ਟਾਈਮ ਹੈਗਾ, ਮਰੀਜ਼ ਨੂੰ ਲਿਆਓ। ਮੇਰੇ ਲਈ ਫੋਨ ਆਇਆ, ਕਹਿੰਦੇ ਮਰੀਜ਼ ਨੂੰ ਅੰਦਰ ਲਿਆਓ। ਮੈਂ ਮੇਰੇ ਡੈਡੀ ਨੂੰ ਉੱਥੋਂ ਬੈੱਡ ਤੋਂ ਚਲਾ ਕੇ ਲੈ ਕੇ ਆਇਆ ਜੀ, ਅੰਦਰ ਛੱਡਿਆ ਗਾ। ਉਸ ਤੋਂ ਬਾਅਦ ਡਾਕਟਰ ਹੈ ਨਹੀਂ ਸੀਗਾ ਜੀ, ਮੈਂ ਜਾਣਦਾ ਹਰ ਵਾਰ ਉਸ ਡਾਕਟਰ ਨੂੰ, ਪੱਗ ਵਾਲੇ ਹੈਗੇ ਨੇ ਉਹ, ਠੀਕ ਹੈ। ਮੈਂ ਪਹਿਲਾਂ ਮੈਂ ਜਦੋਂ ਅੰਦਰ ਮੇਰੇ ਮੈਨੂੰ ਅਸੀਂ ਉਰੇ ਬੈਠੇ ਰਹੇ 3-4 ਜਣੇ, ਇਹਨਾਂ ਨੂੰ ਪਤਾ ਨਹੀਂ ਗਲਤ ਟੀਕਾ ਲਾਇਆ ਇਹਨਾਂ ਨੇ, ਮੇਰੇ ਡੈਡੀ ਤੜਫਣ ਜੇ ਲੱਗ ਰਹੇ, ਲੱਤਾਂ ਪੈਰਾਂ ਐਂ ਮਾਰਨ ਲੱਗ ਰਹੇ ਜੀ। ਜਦੋਂ ਅੰਦਰ ਟੋਪੀ ਵਾਲਾ ਇੱਕ ਬਾਈ ਹੈਗਾ ਗਾ, ਉਹ ਮੈਨੂੰ ਬੁਲਾਉਣ ਆਇਆ ਗਾ ਬਾਹਰ, ਕਹਿੰਦਾ ਵੀ ਛੇਤੀ ਛੇਤੀ ਭੱਜ ਕੇ ਆਵਾਂ, ਕੀ ਗੱਲ ਹੋ ਗਈ। ਮੈਨੂੰ ਕਹਿੰਦੇ ਵੀ ਇਹ ਕੁਛ ਖਾਂਦੇ ਪੀਂਦੇ ਤਾਂ ਨਹੀਂ ਹੈਗੇ, ਮੈਂ ਕਿਹਾ ਨਹੀਂ, ਮੈਂ ਕਿਹਾ ਦਾਰੂ ਦੱਪਾ ਪੀ ਲੈਂਦੇ ਨੇ ਕਦੇ ਕਦਾਏ ਉਹ ਵੀ, ਠੀਕ ਹੈ। ਦੂਜੀ ਗੱਲ ਇਹ ਕਹਿੰਦੇ ਵੀ ਇਹਨਾਂ ਨੂੰ ਦੌਰਾ ਦੂਰਾ ਤਾਂ ਨਹੀਂ ਪੈਂਦੇ, ਮੈਂ ਕਿਹਾ ਨਾ ਅੱਜ ਤੱਕ ਕਦੇ। ਉਸ ਤੋਂ ਬਾਅਦ ਜਦੋਂ ਪਹਿਲੀ ਗੱਲ ਤਾਂ ਜਦੋਂ ਇਹ ਟੀਕਾ ਲਾ ਰਹੇ ਡਾਕਟਰ ਮੌਜੂਦ ਹੋਣਾ ਚਾਹੀਦਾ ਨਾ ਜੀ, ਡਾਕਟਰ ਮੌਜੂਦ ਨਹੀਂ ਸੀਗਾ। ਡਾਕਟਰ ਮੇਰੇ ਅੱਖਾਂ ਦੇਖੀ, ਮੈਂ ਉਰੇ ਖੜਾ ਸੀ, ਬਾਚੇ ਆਇਆ ਡਾਕਟਰ, ਮੈਂ ਗਲਤ ਟੀਕਾ ਲਾਇਆ ਜੀ, ਇਹਨਾਂ ਨੇ ਗਲਤ ਟੀਕਾ ਲਾਇਆ, ਇਹਨਾਂ ਨੇ ਪੈਸੇ ਲਏ ਹੋਣਗੇ ਜੀ, ਐਂਟੀ ਪਾਰਟੀ ਤੋਂ ਪੈਸੇ ਲਏ ਹੋਣਗੇ। ਮੇਰੇ ਚਾਚਾ ਸਹੁਰਾ ਨੇ ਜੀ OT ਦੇ ਅੰਦਰ ਅਪਰੇਟ ਵਾਸਤੇ ਲਿੱਤੇ ਗਏ ਸੀ ਜੀ, ਆਪਰੇਸ਼ਨ ਚੱਲ ਰਿਹਾ ਸੀ ਜੀ ਉਹਨਾਂ ਦਾ,
ਉਹਦੇ ਵਿੱਚ ਕਹਿ ਰਹੇ ਨੇ ਦੌਰਾ ਆ ਗਿਆ ਪੇਸ਼ੈਂਟ ਨੂੰ, ਅਸੀਂ ਪੁੱਛ ਰਹੇ ਹਾਂ ਵਾਰ ਵਾਰ ਸਾਡੇ ਪੇਸ਼ੈਂਟ ਦੀ ਕੰਡੀਸ਼ਨ ਕੀ ਹੈ, ਉਹਨੇ ਉਹ ਕਹਿ ਰਹੇ ਨੇ ਪੇਸ਼ੈਂਟ ਤੁਹਾਡਾ ਠੀਕ ਹੈ, ਪੇਸ਼ੈਂਟ ਨੂੰ ਦੌਰਾ ਆਇਆ, ਕੁਛ ਵੀ ਨਹੀਂ ਹੈਗਾ, ਅਸੀਂ ਵਾਰ ਵਾਰ ਪੁੱਛ ਰਹੇ ਉਹਨਾਂ ਨੇ ਸਾਨੂੰ ਕੁਛ ਵੀ ਨਹੀਂ ਦੱਸਿਆ, ਇਹ ਜਦੋਂ ਪੇਸ਼ੈਂਟ ਨੂੰ ਭੱਜ ਭੱਜ ਕੇ ਕੁਛ ਕਰ ਰਹੇ, ਮੈਂ ਫਿਰ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸ ਦਿਓ ਵੀ ਪੇਸ਼ੈਂਟ ਦੀ ਕੰਡੀਸ਼ਨ ਕੀ ਹੈ, ਕਹਿੰਦੇ ਤੁਹਾਡਾ ਪੇਸ਼ੈਂਟ ਠੀਕ ਹੈ ਡਾਕਟਰ ਸਾਹਿਬ ਨੂੰ ਬੁਲਾ ਰਹੇ ਆ, ਇਹਨਾਂ ਕੋਲ ਡਾਕਟਰ ਵੀ ਨਹੀਂ ਹੈਗੇ ਸੀ ਜੀ, ਅਵੇਲੇਬਲ ਡਾਕਟਰ ਨਹੀਂ ਹੈਗਾ ਸੀ ਅੰਦਰ ਕੋਈ ਵੀ ਜੀ, ਠੀਕ ਹੈ ਜੀ, ਇਹਨਾਂ ਕੋਲ ਫਿਰ ਇਹਨਾਂ ਨੇ ਕੀ ਕੀਤਾ ਜੀ, ਪੇਸ਼ੈਂਟ ਨੂੰ ਇੰਟੂਬੇਟ ਕਰ ਰਹੇ ਨੇ, ਇੰਟੂਬੇਟ ਤੋਂ ਬਾਅਦ CPR ਚੱਲ ਰਿਹਾ ਪੇਸ਼ੈਂਟ ਦਾ ਜੀ, ਇਹਨਾਂ ਨੇ ਇੱਕ ਵਾਰ ਵੀ ਪੇਸ਼ੈਂਟ ਨੂੰ ਇੰਟੂਬੇਟ ਕਰਦੇ ਹਾਂ, ਕਦੇ ਵੀ ਆਪਾਂ ਕਾਉਂਸਲਿੰਗ ਕਰਦੇ ਹਾਂ ਘਰਦਿਆਂ ਨੂੰ ਵੀ ਤੁਹਾਡਾ ਪੇਸ਼ੈਂਟ ਸੀਰੀਅਸ ਆ, ਇੰਟੂਬੇਟ ਕਰ ਰਹੇ ਹਾਂ ਵੀ ਪੇਸ਼ੈਂਟ ਦਾ CPR ਚੱਲ ਰਿਹਾ, ਮੈਂ ਵਾਰ ਵਾਰ ਇਹਨਾਂ ਨੂੰ ਪੁੱਛ ਰਹੀ ਵੀ ਤੂੰ ਸਾਡੇ ਪੇਸ਼ੈਂਟ ਨੂੰ ਇੰਟੂਬੇਟ ਕੀਤਾ, ਕਹਿੰਦੇ ਨਹੀਂ ਪੇਸ਼ੈਂਟ ਨੂੰ ਇੰਟੂਬੇਟ ਨਹੀਂ ਕਰੇ, ਮੈਂ ਇਹਨਾਂ ਨੂੰ ਪੁੱਛਿਆ ਵਾਰ ਵਾਰ, ਇਹਨਾਂ ਨੇ ਇੱਕ ਵਾਰ ਵੀ ਨਹੀਂ ਦੱਸਿਆ ਹੈਗਾ, ਮੈਂ ਫਿਰ ਇਹਨਾਂ ਨੂੰ ਕਿਹਾ ਵੀ ਸਾਡੇ ਪੇਸ਼ੈਂਟ ਦੀ ਕੰਡੀਸ਼ਨ ਕੇ, ਕਹਿੰਦੇ ਤੁਸੀਂ ਪੇਸ਼ੈਂਟ ਨੂੰ ਰੈਫਰ ਕਰ ਰਹੇ ਹੋ, ਪੇਸ਼ੈਂਟ ਦੀ ਕੰਡੀਸ਼ਨ ਖਰਾਬ ਹੈ, ਇਹਨਾਂ ਨੇ ਫਿਰ ਵੀ ਨਹੀਂ ਕਿਹਾ ਵੀ ਪੇਸ਼ੈਂਟ ਨੂੰ ਅਸੀਂ ਇੰਟੂਬੇਟ ਕਰ ਚੁੱਕੇ ਹਾਂ, ਇਹਨਾਂ ਨੇ ਸਾਨੂੰ ਨਹੀਂ ਦੱਸਿਆ ਗਿਆ, ਅਸੀਂ ਐਂ ਪੁੱਛ ਰਹੇ ਵੀ ਸਾਨੂੰ ਕਿਉਂ ਨਹੀਂ ਦੱਸਿਆ ਗਿਆ ਇਹ ਚੀਜ਼ ਦਾ, ਵੀ ਸਾਡਾ ਪੇਸ਼ੈਂਟ ਐਕਸਪਾਇਰ ਕਰਕੇ ਦੇ ਤਾ ਫਿਰ ਅੰਦਰੋਂ, ਇਹ ਕਹਿ ਰਹੇ ਨੇ ਰੈਫਰ ਕਰਤਾ, ਅਸੀਂ ਕਹਿ ਰਹੇ ਵੀ ਚੱਲ ਪੇਸ਼ੈਂਟ, ਇਹਨਾਂ ਨੇ ਸਿਲੰਡਰ ਵੀ ਖਾਲੀ ਸੀ ਜੀ ਸਾਡਾ, ਸਾਨੂੰ ਦਿੱਤਾ ਗਿਆ ਪੇਸ਼ੈਂਟ ਐਕਸਪਾਇਰ ਕਰਕੇ, ਪੇਸ਼ੈਂਟ ਦੀ ਕੋਈ ਨਵਜ ਨਹੀਂ ਚੱਲ ਰਹੀ ਸੀ, ਪੇਸ਼ੈਂਟ ਸਾਨੂੰ ਚੈੱਕ ਕੀਤਾ ਬਾਹਰ ਆ ਕੇ, ਅਸੀਂ ਐਂਬੂਲੈਂਸ ਦਾ ਇੰਤਜ਼ਾਮ ਕਰ ਰਹੇ ਹਾਂ, ਹਵਾ ਮਾਰ ਰਹੀ ਸੀ, ਕਹਿੰਦੇ ਉਹਦੇ ਥਾਂ ਚੱਲ ਰਹੇ ਨੇ, ਪੇਸ਼ੈਂਟ ਨੂੰ ਬਾਈਪੈਪ ਦੇ ਉੱਤੇ ਲਿੱਤਾ ਗਿਆ ਸੀ ਜੀ, ਪੇਸ਼ੈਂਟ ਨੂੰ ਬਾਈਪੈਪ ਦੇ ਉੱਤੇ ਲਿੱਤਾ ਗਿਆ ਸੀ, CPR ਪੇਸ਼ੈਂਟ ਦਾ CPR ਵਗੈਰਾ ਸਾਰਾ ਕੀਤਾ, ਇਹਨਾਂ ਨੇ ਇੱਕ ਵਾਰ ਵੀ ਕਾਉਂਸਲਿੰਗ ਨਹੀਂ ਕੀਤੀ ਸਾਨੂੰ, ਡਾਕਟਰ ਹਰਵੰਸ ਬਾਅਦ 'ਚ ਆਏ ਨੇ ਜੀ, ਕੋਈ ਵੀ ਟੀਮ ਨਹੀਂ, ਇਹਨਾਂ ਦੀ ਟੀਮ ਹੈਗੀ ਸੀ, ਬਸ ਕੋਈ ਡਾਕਟਰ ਨਹੀਂ ਅਵੇਲੇਬਲ ਹੈਗਾ ਸੀ ਜੀ ਅੰਦਰ, ਸਾਨੂੰ ਹੁਣੇ ਪਤਾ ਲੱਗਿਆ ਜੀ ਕਿ ਇੱਥੇ ਕੋਈ ਕਲੈਸ਼ ਹੋ ਰਿਹਾ ਹਸਪਤਾਲ ਦੇ ਵਿੱਚ, ਮੈਂ ਆਪਣੀ ਫੋਰਸ ਦੇ ਨਾਲ ਆਇਆ ਇਮੀਡੀਏਟ, ਦੋਨੇ ਸ਼ਾਂਤੀ ਪਾਰਟੀ ਸ਼ਾਂਤ ਕੀਤਾ ਗਿਆ ਅਤੇ ਮੈਨੂੰ ਗੱਲਬਾਤ ਸੁਣ ਕੇ ਬਣਦੀ ਕਾਰਵਾਈ ਕੀਤੀ ਜਾਏਗੀ, ਜਿਹੜੇ ਖਿਲਾਫ਼ ਦੋਸ਼ੀ ਹੋਏਗਾ ਉਹਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਏਗੀ।